ਸਨਮਾਨਯੋਗ ਮੰਚ ਤੇ ਮੇਰੇ ਸਾਹਮਣੇ ਜਿੰਨੇ ਬੈਠੇ ਆ, ਮੇਰੀ ਪੱਗ ਨੇ ਪੱਗ, ਮੈਂ ਆਪਣੀ ਪੱਗ ਨੂੰ ਆਪ ਸਲਾਮ ਕਰਦਾ। ਇਹ ਨਜ਼ਰਾਂ ਨਹੀਂ ਠੋਕੋ, ਟਕਾ ਕੇ ਠੋਕੋ, ਅੱਜ ਵੱਟ ਦਿਓ ਕੱਢ ਇਹਨਾਂ ਦੇ। ਮੈਂ ਇਹ ਨਜ਼ਰਾਂ ਨਹੀਂ ਬਣੀਆਂ ਝੁਕਣ ਵਾਸਤੇ, ਇਹ ਤੇ ਬਣੀਆਂ ਨੇ ਸ਼ਹੀਦੀਆਂ ਤੇ ਖੁਮਾਰੀਆਂ ਦੇ ਲਈ। ਉਹ ਦੋ ਕੰਮਾਂ ਵਾਸਤੇ ਸਾਡੇ ਸਿਰ ਬਣੇ, ਜਾਂ ਆਰੀਆਂ ਦੇ ਲਈ ਤੇ ਜਾਂ ਸਰਦਾਰੀਆਂ ਦੇ ਲਈ। ਮੈਂ 17 ਤਰੀਕ ਨੂੰ ਪ੍ਰਿਯੰਕਾ ਜੀ ਦੇ ਕਹਿਣ ਤੇ ਨਵਜੋਤ ਸਿੰਘ ਸਿੱਧੂ ਬਠਿੰਡਾ ਦੀ ਧਰਤੀ ਦੇ ਉੱਤੇ ਆ ਕੇ, ਜੇ ਬਾਦਲਾਂ ਨੂੰ ਗਲੋਟੇ ਨਾ ਖਵਾ ਕੇ ਲਿਆ ਤਾਂ ਸਿੱਧੂ ਮੇਰਾ ਨਾਂ ਨਾ ਰੱਖਿਓ ਜਾਓ, ਅਜੇ ਭਾਂਜਾ ਮਰੂ ਕਿ ਦੁਨੀਆ ਯਾਦ ਕਰੂ। ਲੇਕਿਨ ਅੱਜ ਮੇਰਾ ਮਹਿਰਮ, ਮੇਰਾ ਰਹਿਬਰ ਮੈਨੂੰ ਦਿਸ਼ਾ ਦੇਣ ਵਾਲਾ ਪ੍ਰਿਯੰਕਾ ਜੀ ਇਸ ਸਟੇਜ ਦੇ ਉੱਤੇ ਨੇ। ਇਸ ਕਰਕੇ ਮੈਂ ਤੁਹਾਨੂੰ ਹੱਥ ਬੰਨ ਕੇ ਇੱਕ ਬੇਨਤੀ ਕਰਦਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਿਹਾ ਸੀ, ਜ਼ੁਲਮ ਕਰਨਾ ਜੇ ਪਾਪ ਤੇ ਜ਼ੁਲਮ ਸਹਿਣਾ ਉਦੋਂ ਵੱਡਾ ਪਾਪ। ਜੇ ਬਾਦਲ ਉਲਟਾਤੇ ਨਾ ਬਠਿੰਡੇ, ਜੇ ਬਾਦਲ ਉਲਟ ਕੇ ਬਠਿੰਡੇ ਤੇ ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਬਚ ਜਾਣਗੀਆਂ ਯਾਰੋ, ਪੀੜ੍ਹੀਆਂ ਬਚ ਜਾਣਗੀਆਂ। ਮੇਰੀ ਗੱਲ ਯਾਦ ਰੱਖਿਓ। ਸੋ ਨਜ਼ਰਾਂ ਨਾ ਚੁਕਾਓ, ਫਿਕਰ ਨਾ ਕਰੋ, ਬਿਲਕੁਲ ਦਮ ਦੇ ਉੱਤੇ। ਮੈਂ ਇੱਕ ਗੱਲ ਤੁਹਾਨੂੰ ਕਹਿ ਕੇ ਆਪਣੀ ਗੱਲ ਨੂੰ ਖਤਮ ਕਰੂੰ। 17 ਤਰੀਕ ਨੂੰ ਰਾਜਾ ਵੜਿੰਗ ਦੇ ਕੋਲ 10 ਰੈਲੀਆਂ ਕਰਕੇ ਜਾਂ ਬਠਿੰਡੇ ਤੇ 10 ਰੈਲੀਆਂ ਕਰਕੇ ਜਾਊਂਗਾ। ਯਾਦ ਰੱਖਿਓ ਮੇਰੀ। ਬੁਲਬੁਲਾਂ ਦੇ ਫੰਗਾਂ ਦੇ ਵਿੱਚ ਬੰਨੇ ਹੋਏ ਕਦੇ ਬਾਜ਼ ਨਹੀਂ ਰਹਿੰਦੇ, ਤੇ ਬੁਜ਼ਦਲਾਂ ਤੇ ਕਾਇਰਾਂ ਦੇ ਹੱਥਾਂ ਦੇ ਵਿੱਚ ਕਦੇ ਤਾਜ ਨਹੀਂ ਰਹਿੰਦੇ। ਸਿਰ ਝੁਕਾ ਕੇ ਤੁਰਨ ਦੀ ਆਦਤ ਪੈ ਜੇ ਜਿਹੜੀ ਕੌਮ ਨੂੰ, ਉਸ ਕੌਮ ਦੇ ਹੱਥਾਂ ਦੇ ਵਿੱਚ ਕਦੇ ਰਾਜ ਨਹੀਂ ਰਹਿੰਦੇ। ਵੀਰੋ, ਮੈਂ ਇੱਕੋ ਗੱਲ ਕਹਿਣੀ ਹੈ ਕਿ ਜੇ ਨਵਜੋਤ ਸਿੰਘ ਸਿੱਧੂ ਆਪਣੀ ਜ਼ਿੰਦਗੀ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਨਾ ਦਵਾ ਸਕਿਆ, ਤੇ ਉਹਦੀ ਰੂਹ ਸਦਾ ਲਈ ਭਟਕਦੀ ਰਹੂ। ਮੈਂ ਨਵਜੋਤ ਸਿੰਘ ਸਿੱਧੂ ਪੁੱਤਰ ਸਰਦਾਰ ਭਗਵੰਤ ਸਿੰਘ ਅੱਜ ਇਸ ਬਠਿੰਡੇ ਦੀ ਧਰਤੀ ਦੇ ਉੱਤੇ ਪ੍ਰਣ ਲੈਣਾ ਕਿ ਜੇ ਮੈਂ ਆਪਣੇ ਗੁਰੂ ਦਾ ਸਨਮਾਨ ਨਾ ਰੱਖ ਸਕਿਆ ਤੇ ਰਾਜਨੀਤੀ ਸਦਾ ਲਈ ਛੱਡੂਗਾ। ਅੱਜ ਤੁਹਾਡੇ ਸਾਹਮਣੇ ਕਹਿਣਾ ਟਕਾ ਕੇ ਔਰ ਜਿਨ੍ਹਾਂ ਨਸ਼ੇ ਵੇਚ ਕੇ ਸਾਡੀਆਂ ਪੀੜ੍ਹੀਆਂ ਤਬਾਹ ਕੀਤੀਆਂ, ਤਿੰਨ ਪੀੜ੍ਹੀਆਂ ਬਰਬਾਦ ਕਰਤੀਆਂ ਅੱਤਵਾਦ, ਇੱਕ ਪੀੜ੍ਹੀ ਦੂਜੀ ਪੀੜ੍ਹੀ ਨਸ਼ਿਆਂ ਚ, ਤੀਜੀ ਪੀੜ੍ਹੀ ਅੱਜ ਛੱਡ ਕੇ ਅਮਰੀਕਾ ਜਾਈ ਜਾਂਦੀ ਹੈ, ਆਸਟ੍ਰੇਲੀਆ ਜਾਈ ਜਾਂਦੀ ਹੈ, ਤੇ ਫਿਰ ਉਹਨਾਂ ਪੀੜ੍ਹੀਆਂ ਦੇ ਲਈ ਅਸੀਂ ਜ਼ਿੰਦਗੀ ਚ ਕੁਛ ਨਹੀਂ ਕਰ ਸਕਾਂਗੇ। ਇਲੈਕਸ਼ਨ ਅਗਲੇ ਇਲੈਕਸ਼ਨ ਲਈ ਨਹੀਂ, ਅਗਲੀ ਪੀੜ੍ਹੀ ਦੇ ਲਈ ਲੜੇ ਜਾਂਦੇ ਆ। ਮੈਂ ਨਵਜੋਤ ਸਿੰਘ ਸਿੱਧੂ ਵਚਨ ਦੇ ਕੇ ਚੱਲਿਆ ਕਿ ਪ੍ਰਿਯੰਕਾ ਜੀ, ਰਾਹੁਲ ਜੀ ਔਰ ਕੈਪਟਨ ਸਾਹਿਬ ਦੇ ਲਈ 17 ਤਰੀਕ ਨੂੰ ਆਊਂਗਾ ਔਰ ਇਹਨਾਂ ਦਾ ਤਖਤਾ ਉਲਟਾ ਕੇ ਜਾਊਂਗਾ। ਹੁਣ ਠੋਕੋ ਟਕਾ ਕੇ ਠੋਕੋ। ਦੋ ਝੂਠੇ ਨੇ ਦੋ ਗਪੋਰ ਸ਼ੰਕ ਜਿਨ੍ਹਾਂ ਦੀ ਜੋੜੀ ਉੱਤੇ ਮੋਦੀ ਤੇ ਥੱਲੇ ਸੁੱਖਾ ਗੱਪੀ ਤੇ ਪੰਜਾਬੀ ਦਾ ਮੁਹਾਵਰਾ, ਅੰਨਾ ਮਾਰੇ ਅੰਨੀ ਨੂੰ ਕਸੁੰਨ ਬਚੇ ਥੰਮੀ ਨੂੰ। ਠੋਕੋ ਟਕਾ ਕੇ ਠੋਕੋ। ਇਹ ਦੋਨੇ ਭੜਕਾਉਂ ਤੇ ਉਹ ਵੱਡਾ ਬਾਦਲ ਰਾਜ ਨਹੀਂ ਸੇਵਾ। ਹਾਏ 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 ਹਾਏ
ਭੈੜੇ ਭੈੜੇ ਯਾਰ ਮੇਰੀ ਥੱਪੋ ਦੇ, ਇਹਨਾਂ ਨੂੰ ਗਲੋਟਾ ਕਰਕੇ ਜਾਊ, ਮੇਰਾ ਕਿਸੇ ਨਾਲ ਕੋਈ ਮਤਭੇਦ ਨਹੀਂ। ਸਿੱਧੂ ਨੂੰ ਬਦਲੇ ਚ ਜ਼ਿੰਦਗੀ ਚ ਕੁਛ ਨੀ ਚਾਹੀਦਾ। ਸਿੱਧੂ ਪੰਜਾਬ ਦੀਆਂ ਨੀਹਾਂ ਦੇ ਥੱਲੇ ਵੀ ਚੁਣਿਆ ਗਿਆ ਤੇ ਸਿੱਧੂ ਫਖਰ ਮਹਿਸੂਸ ਕਰੂਗਾ। ਯਾਰੋ ਅੱਜ ਪ੍ਰਿਯੰਕਾ ਜੀ ਲਈ ਜੇ ਮੈਂ ਪੰਜਾਬ ਦੀ ਸੱਚੇ ਦਿਲੋਂ ਸੇਵਾ ਕੀਤੀ ਹੈ ਤੇ ਜੇ ਮੈਂ ਪੰਜਾਬ ਦੇ ਲਈ ਕਦੇ ਜ਼ਿੰਦਗੀ ਚ ਬਦਲੇ ਚ ਮੰਗਿਆ ਨੀ ਕੁਛ, ਤੇ ਮੈਂ ਪ੍ਰਿਯੰਕਾ ਜੀ ਦੇ ਲਈ ਇੱਕ ਗੱਲ ਕਹੂੰਗਾ ਤੇ ਜਟੇ ਤੇ ਤਾਰੀ ਸਿੱਧੂ ਨਾਲੋਂ 10 ਗੁਣੇ ਵੱਧ ਵੱਜਣੀ ਚਾਹੀਦੀ ਹੈ। ਸਵਾਰਾ ਸਵਾ ਕੇ ਸੁਣਨਾ ਜਰਾ, ਆਕਾਸ਼ ਦੀ ਕੋਈ ਸੀਮਾ ਨਹੀਂ, ਪ੍ਰਿਥਵੀ ਦਾ ਕੋਈ ਤੋਲ ਨਹੀਂ, ਸਾਧੂ ਦੀ ਕੋਈ ਜ਼ਾਤ ਨਹੀਂ ਤੇ ਪਾਰਸ ਤੇ ਪ੍ਰਿਯੰਕਾ ਜੀ ਦਾ ਕੋਈ ਤੋਲ ਨਹੀਂ ਕੋਈ ਮੋਲ। ਹੱਥ ਖੜੇ ਕਰੋ ਦੋਨੋਂ ਤੇ ਇਸਤਕਬਾਲ ਕਰੋ। ਬਾਤ ਖਤਮ ਤੇ ਸਤਾਰਾਂ ਆਉਂਦੀ ਹੈ, ਭੱਜ ਬਾਦਲਾ ਭੱਜੋ, ਸਿੱਧੂ ਆਉਂਦਾ ਦੇਖ ਗਲੋਟਾ ਕਰਦਾ ਜਲੇਬੀਆਂ ਨੂੰ ਇਕੱਠਾ ਕਰਕੇ ਜਾਊਗਾ। ਬਾਤ ਖਤਮ ਖੜਾ।